ਇੱਕ ਐਨਆਰਆਈ ਦੇ ਕੋਲੋਂ ਐਸਐਚਓ ਦੇ ਰੀਡਰ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਐਨਆਰਆਈ ਦੇ ਵੱਲੋਂ ਪਹਿਲਾਂ 2021 ਦੇ ਵਿੱਚ ਐਨਆਰਆਈ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੀ 2.5 ਏਕੜ ਜ਼ਮੀਨ ਦੇ ਉੱਤੇ ਦੋ ਵਿਅਕਤੀਆਂ ਨੇ ਨਜਾਇਜ਼ ਤੌਰ ਦੇ ਉੱਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਨੂੰ ਆਪਣੀ ਜ਼ਮੀਨ ਛੁਡਵਾਉਣ ਦੇ ਲਈ ਇਹ ਸ਼ਿਕਾਇਤ ਕੀਤੀ ਗਈ ਸੀ, ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਦੇ ਵਿੱਚ ਜੋ ਐਨਆਰਆਈ ਆ ਉਸਨੇ ਜੋ ਐਸਐਚਓ ਦਾ ਰੀਡਰ ਹੈ ਉਸਦੇ ਕੋਲ ਜਾ ਕੇ ਪੈਰਵੀ ਕਰਨ ਦੀ ਮੰਗ ਕੀਤੀ ਕਿ ਉਸਦੇ ਜੋ ਜ਼ਮੀਨ ਹੈ ਉਸਦੇ ਉੱਤੋਂ ਕਬਜ਼ਾ ਹਟਵਾਇਆ ਜਾਵੇ, ਤਾਂ ਜੋ ਰੀਡਰ ਹੈ ਉਸਦੇ ਵੱਲੋਂ ਐਨਆਰਆਈ ਤੋਂ 1,00,000 ਰੁਪਏ ਰਿਸ਼ਵਤ ਦੀ ਇਸ ਕੰਮ ਨੂੰ ਲੈ ਕੇ ਮੰਗ ਕੀਤੀ ਗਈ। ਜਿਸ ਤੋਂ ਬਾਅਦ ਦੇ ਵਿੱਚ ਸੌਦਾ 20,000 ਰੁਪਏ ਇਸ ਹਫ਼ਤੇ ਦੇਣ ਦਾ ਤੈਅ ਹੋਇਆ ਅਤੇ 80,000 ਰੁਪਏ ਅਗਲੇ ਹਫ਼ਤੇ ਦੇਣ ਦਾ ਤੈਅ ਹੁੰਦਾ ਅਤੇ ਐਨਆਰਆਈ ਦੇ ਵੱਲੋਂ ਜੋ ਇਸਦੀ ਸ਼ਿਕਾਇਤ ਹੈ ਉਹ ਵਿਜੀਲੈਂਸ ਵਿਭਾਗ ਨੂੰ ਵੀ ਕਰ ਦਿੱਤੀ ਜਾਂਦੀ ਹੈ। ਵਿਜੀਲੈਂਸ ਵਿਭਾਗ ਦੇ ਅਧਿਕਾਰੀ ਮੌਕੇ ਦੇ ਉੱਤੇ ਜਦੋਂ ਪਹੁੰਚਦੇ ਨੇ ਤਾਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਐਸਐਚਓ ਦੇ ਰੀਡਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਜਾਂਦਾ। ਹਾਲਾਂਕਿ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਐਨਆਰਆਈ ਦੇ ਕੋਲੋਂ 1,00,000 ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ ਐਸਐਚਓ ਦੇ ਰੀਡਰ ਦੇ ਵੱਲੋਂ। ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ 2.5 ਏਕੜ ਜ਼ਮੀਨ 'ਤੇ ਕਿਸੇ ਨੇ ਨਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਐਨਆਰਆਈ ਨੇ ਜਦੋਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਐਸਐਚਓ ਦੇ ਰੀਡਰ ਦੇ ਵੱਲੋਂ ਇਸ ਕਬਜ਼ੇ ਨੂੰ ਛੁਡਵਾਉਣ ਦੇ ਲਈ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਸੌਦਾ 20,000 ਰੁਪਏ ਇੱਕ ਵਾਰੀ ਅਤੇ 80,000 ਰੁਪਏ ਇੱਕ ਵਾਰੀ ਦੇਣਾ ਤੈਅ ਹੋਇਆ। ਪਰ ਜੋ ਐਨਆਰਆਈ ਹੈ ਉਸਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਕੀਤੀ ਅਤੇ ਮੌਕੇ ਦੇ ਉੱਤੇ ਪਹੁੰਚੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਐਸਐਚਓ ਦੇ ਰੀਡਰ ਨੂੰ 20,000 ਰੁਪਏ ਰੰਗੇ ਹੱਥੀ ਲੈਂਦੇ ਕਾਬੂ ਕਰ ਲਿਆ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ। ਅਰਨ ਕੁਮਾਰ ਖੁਰਮੀ ਐਡਵੋਕੇਟ, ਓਮਕਾਰ ਨਗਰ ਦੇ ਰਹਿਣ ਵਾਲੇ ਨੇ, ਲੁਧਿਆਣੇ ਪ੍ਰੈਕਟਿਸ ਕਰਦੇ ਨੇ। ਸਾਡੇ ਕੋਲ ਅੱਜ ਬਿਜ਼ਨਸ ਬਿਊਰੋ ਰੇਂਜ ਲੁਧਿਆਣੇ ਆਏ ਸੀਗੇ। ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਇਹਨਾਂ ਦੀ ਕੰਪਲੇਂਟ ਚੱਲਦੀ ਹੈ ਐਨਆਰਆਈ ਪੁਲਿਸ ਸਟੇਸ਼ਨ ਲੁਧਿਆਣਾ ਵਿਖੇ। ਇਹਨਾਂ ਦੇ ਭਰਜਾਈ ਨੇ, ਬਾਹਰ ਰਹਿੰਦੇ ਨੇ, ਔਰ ਉਹਨਾਂ ਦੇ ਕੋਲ ਜ਼ਮੀਨ ਹੈਗੀ ਹੈ 2.5 ਏਕੜ, ਔਰ ਉਹ ਜ਼ਮੀਨ ਇਹਨਾਂ ਨੇ ਪਾਵਰ ਟਾਊਨ ਇਹਨਾਂ ਨੂੰ ਦਿੱਤੀ ਹੋਈ ਹੈ। ਉੱਥੇ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ, ਪੋਪਰ ਵਗੈਰਾ ਚੋਰੀ ਕਰ ਰਹੇ ਸੀ। ਇਹਨਾਂ ਦੀ 2021 ਵਿੱਚ ਦਰਖਾਸਤ ਦਿੱਤੀ ਸੀ, ਜਿਹੜੀ ਕਿ ਅਜੇ ਤੱਕ ਪੈਂਡਿੰਗ ਚੱਲ ਰਹੀ ਹੈ। ਔਰ ਉਹਦੇ ਇਹਨਾਂ ਦਾ ਕਹਿਣਾ ਹੈ ਵੀ ਪਰਚਾ ਦਰਜ ਕਰਨ ਵਾਸਤੇ ਵਾਰ ਵਾਰ ਮੈਂ ਜਾ ਰਿਹਾ, ਪਰ ਉਹ ਪਰਚਾ ਨਹੀਂ ਹੋਇਆ ਹੁਣ ਤੱਕ। ਅਤੇ ਕੋਂਸਟੇਬਲ ਇੱਕ ਬਲਰਾਜ ਸਿੰਘ ਹੈਗਾ, ਰੀਡਰ ਹੈ ਐਸਐਚਓ ਐਨਆਰਆਈ ਦਾ, ਉਹਨੇ ਫਿਰ 1,00,000 ਰੁਪਏ ਦੀ ਮੰਗ ਕੀਤੀ ਹੈ ਵੀ ਤੇਰਾ ਪਰਚਾ ਹੋ ਜਾਏਗਾ। ਔਰ ਅੱਜ ਫਿਰ 20,000 ਰੁਪਇਆ ਉਹਨੇ ਮੰਗਿਆ ਸੀ ਅਤੇ 80,000 ਅਗਲੇ ਹਫ਼ਤੇ ਉਹਨੇ ਦੇਣ ਦਾ ਕਿਹਾ ਸੀ, ਅਤੇ ਇਹ ਫਿਰ ਦੇਣਾ ਨਹੀਂ ਚਾਹੁੰਦੇ ਸੀਗੇ ਪੈਸੇ। ਇਹਨਾਂ ਨੇ ਸਾਡੇ ਕੋਲ ਅਪਰੋਚ ਕੀਤਾ ਹੈਗਾ ਔਰ ਇੱਥੇ ਆ ਕੇ ਸਾਰੀ ਗੱਲ ਦੱਸੀ ਹੈ, ਔਰ ਉਸ ਤੋਂ ਬਾਅਦ ਵੈਰੀਫਿਕੇਸ਼ਨ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਟ੍ਰੈਫਿਕ ਟੀਮ ਤਿਆਰ ਕੀਤੀ ਗਈ, DSP ਯੂਨਿਟ ਉਹਨਾਂ ਦੀ ਨਿਗਰਾਨੀ 'ਚ ਪ੍ਰਮੋਦ ਕੁਮਾਰ, ਔਰ ਇਹਨੂੰ ਕੌਂਸਟੇਬਲ ਬਲਰਾਜ ਸਿੰਘ ਜਿਹੜਾ ਹੈਗਾ ਇਹਨੂੰ ਰੰਗੇ ਹੱਥੀਂ 20,000 ਰੁਪਏ ਲੈਂਦੇ ਨੂੰ ਸਰਕਾਰੀ ਗੁਆਂਢ ਦੀ ਹਾਜ਼ਰੀ 'ਚ ਗ੍ਰਿਫਤਾਰ ਕੀਤਾ। ਕੱਲ੍ਹ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।